उम्मीदवार एवं सांसद रवनीत सिंह बिट्टू ने लुधियाना में सैकड़ों कार्यकर्ताओं के साथ रोड शो निकाला। इस दौरान भारी संख्या में लोगों ने अपनी मौजूदगी दर्ज करवाई। पार्टी कार्यकर्ताओं ने लुधियाना के लोगों से कांग्रेस को वोट करने की अपील की और बिट्टू के हक में जमकर नारेबाजी की। रोड शो लुधियाना के कैलाश चौक से शुरू हुआ। सांसद रवनीत सिंह बिट्टू ने बारिश की परवाह किए बिना ही अपने रोड शो को सफल बनाया। देखो इस बार आज दिन रोड शो इतना मैसिव सपोर्ट आ भी दूजे तो रैलियां कैंसल करके ही भज गए। ना मायावती जी आए ना मोदी जी आए तो रैलियां कैंसल करके भज गए। इतों पता लगता भी माहौल की है कि अगे अगे देखो तो शुरुआत आ देखो हजे शुरुआत आ ते तुसी 5 बजे तक देखियो किवें लखां लोग रोड शो दे विच शामिल होणगे। अज तां शुरुआत आ इहदा जिहड़ा रोड शो है कांग्रेस पार्टी का साडी पूरी लुधियाणा की टीम का पंजाब तो नंबर 1 च रहूगा बिट्टू का शो कांग्रेस पार्टी का। घट्टो घट 2 लख वर्कर यूथ 50,000 मोटरसाइकिल इस रैली दे विच इहदे शोरूम दे विच हिस्सा लै रहे हैं रोड शो दे विच। अज बहुत ज़्यादा उत्साह है सारी पब्लिक देखो वार्ड नंबर 4 तो बाइक 300 तो 350-400 बाइक आए हैं और इत्थे दाणा मंडी च घट तो घट 2,000 तो 3,000 मोटरसाइकिल और 500-700 ਗੱਡੀਆਂ ਨਾਲ ਕਾਫਲਾ ਚੱਲੂਗਾ। ਜੇ 101% ਹੈ 2 ਤੋਂ 2.5 ਲੱਖ ਵੋਟ ਤੋਂ ਜਿੱਤਾਂਗੇ। ਘੱਟੋ ਘੱਟ 50,000 ਬੰਦਾ ਰੋਡ ਸ਼ੋਅ ਦੇ ਵਿੱਚ ਹੋਏਗਾ ਜੀ। ਬੁੱਟੀ ਜੀ 2 ਲੱਖ ਤੋਂ ਵੱਧ ਵੋਟਾਂ ਦੇ ਜਿੱਤ ਕੇ ਜਾਣਗੇ। ਇਸ ਦਾ ਸਭ ਤੋਂ ਵੱਡਾ ਰੋਡ ਸ਼ੋਅ ਅੱਜ ਹੋ ਰਿਹਾ। ਉਹਨਾਂ ਨੂੰ ਵੀ ਕਰਨਾ ਚਾਹੀਦਾ ਜ਼ੋਰ ਤਾਂ ਉਹਨਾਂ ਨੂੰ ਵੀ ਲਾਣਾ ਚਾਹੀਦਾ ਤਾਂ ਹੀ ਕੁਝ ਪਤਾ ਲੱਗੂਗਾ ਕੋਈ ਕੈਂਡੀਡੇਟ। ਅੱਜ ਜੋ ਮਾਹੌਲ ਹੈ ਆਪਣੇ ਲੁਧਿਆਣਾ ਸ਼ਹਿਰ ਦਾ ਲੁਧਿਆਣਾ ਸ਼ਹਿਰ ਦਾ ਔਰ ਬਰਸਾਤ ਵੀ ਪੈ ਕੇ ਹਟੀ ਆ ਤੇ ਸੰਗਤਾਂ ਜਾ ਕੇ ਘਰਾਂ ਦੁਬਾਰਾ ਆ ਗਈਆਂ ਕੱਪੜੇ ਬਦਲ ਕੇ। ਅੱਜ ਇਹ ਲੱਗਦਾ ਵੀ ਪੰਜਾਬ ਦੀਆਂ 13 ਸੀਟਾਂ ਨੇ 13 ਚੋਂ 13 ਤੋਂ ਜਿਹੜੀ ਇਹ 13ਵੀਂ ਸੀਟ ਹੈ ਲੁਧਿਆਣੇ ਦੀ ਔਰ ਸਭ ਤੋਂ ਵੱਧ ਬਲੋਟ ਸਭ ਤੋਂ ਵੱਧ ਲੀਡ ਤੇ ਸਭ ਤੋਂ ਵੱਧ ਵੋਟ ਪੋਲਿੰਗ ਇੱਥੇ ਲੁਧਿਆਣੇ 'ਚ ਹੋਣੀ ਹੈ ਜੋ ਅੱਜ ਮਾਹੌਲ ਹੈ। ਛਾ ਗਿਆ ਵੀ ਛਾ ਗਿਆ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਭਾਜੀ ਇਸ ਚੀਜ਼ ਤੋਂ ਬਹੁਤ ਵਧੀਆ ਭਾਜੀ ਬਹੁਤ ਵਧੀਆ ਮਾਹੌਲ ਆ। ਇੱਕ ਤਰਫਾ ਸਾਰਾ ਕੁਝ ਹੈਗਾ। ਬਿੱਟੂ ਭਾਈ ਦੀ ਲੀਡ ਬਹੁਤ ਜ਼ਿਆਦਾ ਆਉਣੀ ਹੈ। ਉਹਨਾਂ ਨੇ ਬਹੁਤ ਜ਼ਿਆਦਾ ਲੀਡ ਦੇ ਉੱਤੇ ਸੈਂਟਰ ਵਿੱਚ ਮਿਨਿਸਟਰ ਵੀ ਬਣਨਗੇ। ਪਰਮਾਤਮਾ ਸੁੱਖ ਰੱਖੇ ਅੱਜ ਰੱਬ ਹੀ ਸਾਡੇ ਉੱਤੇ ਸ਼ਾਵਰ ਕਰ ਰਿਹਾ। ਬਹੁਤ ਜ਼ਿਆਦਾ ਖੁਸ਼ ਆ ਰੱਬ ਹੀ ਵੀ ਆਉਣ ਵਾਲੇ ਟਾਈਮ 'ਚ ਮੰਤਰੀ ਬਣ ਜਾਣਗੇ। ਬਹੁਤ ਵੱਡਾ ਹੰਗਾਰਾ ਆ ਸਾਹ ਦਲਜੀਤ ਸਿੰਘ ਗਰੇਵਾਲ ਭੋਲਾ ਜਿਹਨਾਂ ਨੂੰ ਆਪਾਂ ਪਿਆਰ ਨਾਲ ਕਹਿੰਦੇ ਹਾਂ ਉਹਨਾਂ ਦੀ ਰਹਿਨਮਾਈ ਥੱਲੇ ਇਹ 400-500 ਮੋਟਰਸਾਈਕਲ ਜਿਹੜਾ ਰੋਡ ਸ਼ੋਅ ਕਰ ਰਿਹਾ। ਇਹ ਬਿੱਟੂ ਜੀ ਦੇ ਸਾਰੇ ਦਿਨ ਰਾਤ ਕੰਮ ਕਰ ਰਹੇ ਨੇ। ਬਿੱਟੂ ਜੀ ਦੀ ਜਿਹੜੀ ਵੱਡੀ ਲੀਡ ਹੈ ਉਹ ਤਕਰੀਬਨ ਸਾਰੇ ਪੰਜਾਬ 'ਚੋਂ ਲੁਧਿਆਣਾ ਜ਼ਿਲ੍ਹੇ 'ਚੋਂ ਹੋਏਗੀ ਅਤੇ ਹੁਣ ਸਾਰੇ ਨਿਕਲ ਰਹੇ ਆ। ਬਿੱਟੂ ਜੀ ਵੀ ਅਲੱਗ ਲੱਗੇ ਹੋਏ ਨੇ ਉਹਨਾਂ ਦੇ ਨਾਲੇ ਅਸੀਂ ਜਾ ਕੇ ਰਲ ਗਏ। 20 ਸਾਲ ਕੇ ਜੋ ਤਕਰੀਬਨ 31-32 ਹਜ਼ਾਰ ਨਾਲ ਲੀਡ ਕਰਾਂਗੇ। ਅੱਜ ਬਿੱਟੂ ਜੀ ਦੇ ਪ੍ਰਚਾਰ ਦਾ ਆਖਰੀ ਦਿਨ ਹੈ। ਅੱਜ ਉਹਨਾਂ ਨੇ ਰੋਡ ਸ਼ੋਅ ਰੱਖਿਆ ਸੀ ਜੋ ਮੇਰੇ ਹਲਕੇ ਆਤਮਨਗਰ ਦੇ ਵਿੱਚ ਆ ਕੇ ਐਂਟਰ ਕਰਨਾ ਸਾਰੇ ਸ਼ਹਿਰ 'ਚੋਂ ਹੁੰਦਾ ਹੈ। ਅੱਜ ਵੱਡੀ ਗਿਣਤੀ ਵਿੱਚ ਵਰਕਰ ਆਪ ਮਹਾਰੇ ਉੱਠ ਕੇ ਘਰਾਂ ਦੇ ਵਿੱਚੋਂ ਸੜਕਾਂ 'ਤੇ ਆ ਰਹੇ ਨੇ ਆਪਣੇ ਮਹਿਬੂਬ ਨੇਤਾ ਦੇ ਦਰਸ਼ਨ ਕਰਨ ਲਈ। ਮੈਂ ਸਮਝਦਾ ਇਹ ਉਹਨਾਂ ਦੀ ਵੱਡੀ ਜਿੱਤ ਦੀ ਜਿਹੜੀ ਨਿਸ਼ਾਨੀ ਹੈ ਕਿਉਂਕਿ ਜਦੋਂ ਵਰਕਰ ਆਪ ਮਹਾਰੇ ਉੱਠ ਕੇ ਲੀਡਰ ਨੂੰ ਦੇਖਣ ਲਈ ਸੁਣਨ ਲਈ ਆ ਜਾਣ ਤਾਂ ਇੱਕੋ ਚੰਗੇ ਲੱਛਣ ਹੁੰਦੇ ਨੇ ਵੀ ਸਰਦਾਰ ਰਵਨੀਤ ਸਿੰਘ ਬਿੱਟੂ ਵੱਡੀ ਜਿੱਤ ਦਰਜ ਕਰਨਗੇ ਜੀ।